ਕਿ ਕੱਖ ਨਹੀਂ ਕਰਿਆ ਜਿਹੜਾ ਬਲਬੀਰ ਸਿੰਘ ਹੈਲਥ ਮਿਨਿਸਟਰ ਬਣ ਕੇ ਰਜਿੰਦਰਾ ਹਸਪਤਾਲ 'ਚ ਪੱਖੇ ਨਹੀਂ ਚਲਾ ਸਕਿਆ, ਏਸੀ ਨਹੀਂ ਚਲਾ ਸਕਿਆ। ਬੜੀ ਪਰਮਾਤਮਾ ਕੀ ਬਖਸ਼ਿਸ਼ ਆ। ਤੁਸੀਂ ਦੇਖੋ ਰਾਤ ਕੇ 9 ਵਜ ਗਏ, ਹਜ਼ਾਰਾਂ ਲੋਕ 9:30 ਵਜੇ ਹਜ਼ਾਰਾਂ ਲੋਕ ਅੱਜ ਸਮਾਣੇ 'ਚ ਇਕੱਠੇ ਹੋਏ। ਲੋਕਾਂ ਤੋਂ ਬਹੁਤ ਲੋਕ ਨਾ ਕਿਰਦਾਰ ਔਰ ਕਾਰਗੁਜ਼ਾਰੀ 'ਤੇ ਵੋਟਾਂ ਪਾ ਰਹੇ ਆ, ਕਿਰਦਾਰ ਉਮੀਦਵਾਰਾਂ ਦਾ ਅਤੇ ਕਿਰਦਾਰ ਪਾਰਟੀਆਂ ਦੀ ਕਾਰਗੁਜ਼ਾਰੀ ਸਾਰਾ ਦੇਖ ਕੇ ਫੈਸਲਾ ਕਰਨਗੇ। ਮੈਂ ਸਮਝਦਾ ਕਿ ਆਪਾਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ। ਬਹੁਤ ਪਿਆਰ ਅੱਜ ਮਿਲਿਆ, ਬੜਾ ਇਕੱਠ ਆ ਜਿਹੜਾ ਸਾਰੇ ਹਲਕਿਆਂ 'ਚ। ਸ਼ਰਮਾ ਜੀ, ਲੋਕਾਂ 'ਚ ਤਕਲੀਫਾਂ ਦੱਸੀਆਂ ਤੁਹਾਨੂੰ, ਸਿਹਤ ਸੁਵਿਧਾਵਾਂ ਬਾਰੇ ਤੁਹਾਡੇ ਸਾਹਮਣੇ ਜਿਹੜੀ ਪਿਛਲੀਆਂ ਸਰਕਾਰਾਂ ਜਿਹੜੀਆਂ ਨਾ ਜੀ, ਉਹਨਾਂ ਦਾ ਬੇੜਾ ਬੈਠ ਗਿਆ। ਝੂਠ ਬੋਲ ਕੇ ਸਰਕਾਰਾਂ ਬਣਾ ਲਈਆਂ, ਮੁੜ ਕੇ ਕੱਖ ਨਹੀਂ ਕਰਿਆ। ਜਿਹੜਾ ਬਲਬੀਰ ਸਿੰਘ ਹੈਲਥ ਮਿਨਿਸਟਰ ਬਣ ਕੇ ਰਜਿੰਦਰਾ ਹਸਪਤਾਲ 'ਚ ਪੱਖੇ ਨਹੀਂ ਚਲਾ ਸਕਿਆ, ਏਸੀ ਨਹੀਂ ਚਲਾ ਸਕਿਆ, ਆਹ ਤੁਸੀਂ ਸਮਾਣੇ ਦੇ ਹਸਪਤਾਲ ਦਾ ਹਾਲ ਦੇਖ ਲਿਆ, ਉਹ MP ਬਣ ਕੇ ਕਿਆ ਸਵਾਡ ਆਊਗਾ। ਸੋ ਪਰਮਾਤਮਾ ਕਿਰਪਾ ਕਰੂਗਾ, ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੇਵਾ ਮਿਲੂਗੀ, ਅਸੀਂ ਡਟ ਕੇ ਸੇਵਾ ਕਰਾਂਗੇ। ਬੜੀ ਪਰਮਾਤਮਾ ਕੀ ਬਖਸ਼ਿਸ਼ ਆ। ਤੁਸੀਂ ਦੇਖੋ ਰਾਤ ਕੇ 9 ਵਜ ਗਏ, ਹਜ਼ਾਰਾਂ ਲੋਕ 9:30 ਵਜੇ ਹਜ਼ਾਰਾਂ ਲੋਕ ਅੱਜ ਸਮਾਣੇ 'ਚ ਇਕੱਠੇ ਹੋਏ। ਲੋਕਾਂ ਤੋਂ ਬਹੁਤ ਲੋਕ ਨਾ ਕਿਰਦਾਰ ਔਰ ਕਾਰਗੁਜ਼ਾਰੀ 'ਤੇ ਵੋਟਾਂ ਪਾ ਰਹੇ ਆ, ਕਿਰਦਾਰ ਉਮੀਦਵਾਰਾਂ ਦਾ ਅਤੇ ਕਿਰਦਾਰ ਪਾਰਟੀਆਂ ਦੀ ਕਾਰਗੁਜ਼ਾਰੀ ਸਾਰਾ ਦੇਖ ਕੇ ਫੈਸਲਾ ਕਰਨਗੇ। ਮੈਂ ਸਮਝਦਾ ਕਿ ਆਪਾਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ। ਬਹੁਤ ਪਿਆਰ ਅੱਜ ਮਿਲਿਆ, ਬੜਾ ਇਕੱਠ ਆ ਜਿਹੜਾ ਸਾਰੇ ਹਲਕਿਆਂ 'ਚ। ਸ਼ਰਮਾ ਜੀ, ਲੋਕਾਂ 'ਚ ਤਕਲੀਫਾਂ ਦੱਸੀਆਂ ਤੁਹਾਨੂੰ, ਸਿਹਤ ਸੁਵਿਧਾਵਾਂ ਬਾਰੇ ਤੁਹਾਡੇ ਸਾਹਮਣੇ ਜਿਹੜੀ ਪਿਛਲੀਆਂ ਸਰਕਾਰਾਂ ਜਿਹੜੀਆਂ ਨਾ ਜੀ, ਉਹਨਾਂ ਦਾ ਬੇੜਾ ਬੈਠ ਗਿਆ। ਝੂਠ ਬੋਲ ਕੇ ਸਰਕਾਰਾਂ ਬਣਾ ਲਈਆਂ, ਮੁੜ ਕੇ ਕੱਖ ਨਹੀਂ ਕਰਿਆ। ਜਿਹੜਾ ਬਲਬੀਰ ਸਿੰਘ ਹੈਲਥ ਮਿਨਿਸਟਰ ਬਣ ਕੇ ਰਜਿੰਦਰਾ ਹਸਪਤਾਲ 'ਚ ਪੱਖੇ ਨਹੀਂ ਚਲਾ ਸਕਿਆ, ਏਸੀ ਨਹੀਂ ਚਲਾ ਸਕਿਆ, ਆਹ ਤੁਸੀਂ ਸਮਾਣੇ ਦੇ ਹਸਪਤਾਲ ਦਾ ਹਾਲ ਦੇਖ ਲਿਆ, ਉਹ MP ਬਣ ਕੇ ਕਿਆ ਸਵਾਡ ਆਊਗਾ। ਸੋ ਪਰਮਾਤਮਾ ਕਿਰਪਾ ਕਰੂਗਾ, ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੇਵਾ ਮਿਲੂਗੀ, ਅਸੀਂ ਡਟ ਕੇ ਸੇਵਾ ਕਰਾਂਗੇ। ਬੜੀ ਪਰਮਾਤਮਾ ਕੀ ਬਖਸ਼ਿਸ਼ ਆ। ਤੁਸੀਂ ਦੇਖੋ ਰਾਤ ਕੇ 9 ਵਜ ਗਏ, ਹਜ਼ਾਰਾਂ ਲੋਕ 9:30 ਵਜੇ ਹਜ਼ਾਰਾਂ ਲੋਕ ਅੱਜ ਸਮਾਣੇ 'ਚ ਇਕੱਠੇ ਹੋਏ। ਲੋਕਾਂ ਤੋਂ ਬਹੁਤ ਲੋਕ ਨਾ ਕਿਰਦਾਰ ਔਰ ਕਾਰਗੁਜ਼ਾਰੀ 'ਤੇ ਵੋਟਾਂ ਪਾ ਰਹੇ ਆ, ਕਿਰਦਾਰ ਉਮੀਦਵਾਰਾਂ ਦਾ ਅਤੇ ਕਿਰਦਾਰ ਪਾਰਟੀਆਂ ਦੀ ਕਾਰਗੁਜ਼ਾਰੀ ਸਾਰਾ ਦੇਖ ਕੇ ਫੈਸਲਾ ਕਰਨਗੇ। ਮੈਂ ਸਮਝਦਾ ਕਿ ਆਪਾਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ। ਬਹੁਤ ਪਿਆਰ ਅੱਜ ਮਿਲਿਆ, ਬੜਾ ਇਕੱਠ ਆ ਜਿਹੜਾ ਸਾਰੇ ਹਲਕਿਆਂ 'ਚ। ਸ਼ਰਮਾ ਜੀ, ਲੋਕਾਂ 'ਚ ਤਕਲੀਫਾਂ ਦੱਸੀਆਂ ਤੁਹਾਨੂੰ, ਸਿਹਤ ਸੁਵਿਧਾਵਾਂ ਬਾਰੇ ਤੁਹਾਡੇ ਸਾਹਮਣੇ ਜਿਹੜੀ ਪਿਛਲੀਆਂ ਸਰਕਾਰਾਂ ਜਿਹੜੀਆਂ ਨਾ ਜੀ, ਉਹਨਾਂ ਦਾ ਬੇੜਾ ਬੈਠ ਗਿਆ। ਝੂਠ ਬੋਲ ਕੇ ਸਰਕਾਰਾਂ ਬਣਾ ਲਈਆਂ, ਮੁੜ ਕੇ ਕੱਖ ਨਹੀਂ ਕਰਿਆ। ਜਿਹੜਾ ਬਲਬੀਰ ਸਿੰਘ ਹੈਲਥ ਮਿਨਿਸਟਰ ਬਣ ਕੇ ਰਜਿੰਦਰਾ ਹਸਪਤਾਲ 'ਚ ਪੱਖੇ ਨਹੀਂ ਚਲਾ ਸਕਿਆ, ਏਸੀ ਨਹੀਂ ਚਲਾ ਸਕਿਆ, ਆਹ ਤੁਸੀਂ ਸਮਾਣੇ ਦੇ ਹਸਪਤਾਲ ਦਾ ਹਾਲ ਦੇਖ ਲਿਆ, ਉਹ MP ਬਣ ਕੇ ਕਿਆ ਸਵਾਡ ਆਊਗਾ। ਸੋ ਪਰਮਾਤਮਾ ਕਿਰਪਾ ਕਰੂਗਾ, ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੇਵਾ ਮਿਲੂਗੀ, ਅਸੀਂ ਡਟ ਕੇ ਸੇਵਾ ਕਰਾਂਗੇ।